ਬਿਲਕੁਲ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਨੇ, ਨੌਕਰੀ ਕਰ ਕਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਹੁਣ ਕਹਿੰਦੇ ਰਿਕਸ਼ੇ ਈ ਰਿਕਸ਼ਾ ਚਲਾ ਲਓ। ਮਤਲਬ ਪੜ੍ਹੇ ਲਿਖੇ ਲੋਕ, ਟੈਟ ਪਾਸ ਲੋਕ, ਡਿਗਰੀਆਂ ਕੀਤੀਆਂ, ਪੀਜੀ ਕੀਤੀ, ਸਾਰੀ ਉਮਰ ਉਹਨਾਂ ਨੇ ਲਾਤੀ ਆਪਦੀ, ਜਿਹੜਾ ਕੋਈ ਪੱਲੇ ਮਾਂ ਬਾਪ ਦੇ ਸੀ ਸਾਰਾ ਉਹ ਖਰਚ ਫੀਸਾਂ 'ਚ ਲਾਤਾ, ਅਤੇ ਕਹਿੰਦੇ ਵੀ ਆਪਣਾ ਰਿਕਸ਼ਾ ਚਲਾ ਲਓ। ਇਹ ਲੋਲੀਪੋਪ ਹੀ ਆ ਨਾ ਜੀ, ਹੋਰ ਕੀ ਆ? ਇਹ ਮਜ਼ਾਕ ਹੀ ਆ ਨਾ ਲੋਕਾਂ ਨਾਲ। ਤੁਸੀਂ ਦੇਖੋ, ਕਾਲਜਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ, ਸੈਂਟਰ ਨੇ ਪੈਸਾ ਭੇਜਤਾ, ਇਹਨਾਂ ਨੇ ਖੁਰਦਪੁਰਦ ਕਰਤਾ। ਤੁਸੀਂ ਨੌਕਰੀਆਂ ਦੇਖੋ, ਸਰਕਾਰੀ ਵਕੀਲ ਰੱਖੇ ਇਹਨਾਂ ਨੇ, ਤਨਖਾਹ ਕਿੰਨੀ? 9000, ਇਹ ਕੋਈ ਨੌਕਰੀ ਹੈ? ਸਰਕਾਰੀ ਵਕੀਲ ਦੀ ਤਨਖਾਹ 9000 ਹੋਵੇ, ਨੌਕਰੀ ਹੈ? ਪਹਿਲਾਂ ਦੱਸੋ, ਉਹ ਕਰਪਸ਼ਨ ਹੀ ਕਰੇਗਾ, ਹੋਰ ਕੀ ਕਰੇਗਾ? ਸੋ ਇਹ ਠੱਗੀ ਮਾਰ ਰਹੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਪੰਜਾਬ ਸਰਕਾਰ। ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਲੀਪੋਪ 3 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਤੇ ਸੀਗੇ, ਅਤੇ ਉਹੀ ਦੁਬਾਰਾ ਹੁਣ ਮਨਪ੍ਰੀਤ ਜੀ ਨੇ ਆਪਦੇ ਬਜਟ ਦੇ ਵਿੱਚ ਕਰ ਦਿੱਤੇ। ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਨਾਂ 'ਤੇ ਲੋਲੀਪੋਪ, ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਨਾਂ ਦੇ ਉੱਪਰ ਲੋਲੀਪੋਪ, ਨੌਜਵਾਨਾਂ ਨੂੰ ਸਮਾਰਟਫੋਨ ਦੇ ਉੱਪਰ ਲੋਲੀਪੋਪ, ਜਿਹੜੇ ਜਿਹਨਾਂ ਲੜਕੀਆਂ ਦੇ ਵਿਆਹ ਹੁੰਦੇ ਨੇ 51,000 ਸ਼ਗਨ ਸਕੀਮ ਦੀ ਗੱਲ ਕਰ ਲਈਏ, ਸੋ ਹਰੇਕ ਤਰ੍ਹਾਂ ਦਾ ਲੋਲੀਪੋਪ ਹੈ ਜਿਹੜਾ ਉਹ ਖੁੱਲ੍ਹੇ ਗੱਫੇ ਕੈਪਟਨ ਸਾਹਿਬ ਨੇ ਅਤੇ ਮਨਪ੍ਰੀਤ ਜੀ ਨੇ ਵਰਤਾਏ ਨੇ ਪਰਸੋਂ ਬਜਟ ਦੇ ਵਿੱਚ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹ ਲੋਲੀਪੋਪ ਨੇ ਜਿਹੜੇ, ਜਿਹਦੇ ਉੱਪਰ ਕੈਪਟਨ ਸਾਹਿਬ ਅਤੇ ਮਨਪ੍ਰੀਤ ਦੀ ਫੋਟੋ ਵੀ ਲਾ ਕੇ ਭੇਜੀ ਹੈ ਪੰਜਾਬ ਦੇ ਲੋਕਾਂ ਨੇ। ਇਹ ਮਨਪ੍ਰੀਤ ਔਰ ਕੈਪਟਨ ਦੀ ਸਾਂਝੀ ਫੈਕਟਰੀ ਲੱਗੀ ਹੋਈ ਹੈ ਜੀ, 3 ਸਾਲ ਪਹਿਲਾਂ ਲੱਗੀ ਸੀਗੀ, ਬਦਕਿਸਮਤੀ ਦੇ ਨਾਲ 2 ਸਾਲ ਹੋਰ ਚੱਲਣੀ ਹੈ ਅਤੇ ਉਸ ਤੋਂ ਮੁੜ ਕੇ ਪੱਕੇ ਤਾਲੇ ਨੇ ਜਿਹੜੇ ਉਹ ਇਸ ਫੈਕਟਰੀ ਦੇ ਉੱਪਰ ਲੱਗ ਜਾਣਗੇ। ਸੋ ਇਹ ਉਹਨਾਂ ਦੀ ਫੈਕਟਰੀ ਤੋਂ ਲੋਲੀਪੋਪ ਸਾਰਿਆਂ ਨੂੰ ਅਸੀਂ ਫੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਕੁਛ ਕੁ ਤਾਂ ਅੰਦਰੋਂ ਅੰਦਰੀ ਕਹਿ ਵੀ ਰਹੇ ਵੀ ਮੀਡੀਆ ਦੇ ਸਾਹਮਣੇ ਨਾ ਫੜਾਓ, ਪਰ ਬਾਅਦ 'ਚ ਦੇ ਦਿਓ, ਕਿਉਂਕਿ ਉਹਨਾਂ ਨੇ ਵੀ ਵੰਡੇ ਮੰਨਦੇ ਤਾਂ ਹੈ ਹੀ ਗਏ ਵੀ ਉਹਨਾਂ ਨੇ ਲੋਲੀਪੋਪ ਦਿੱਤੇ ਨੇ। ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ, ਇਹ ਆਉਣ ਵਾਲੇ 2 ਸਾਲਾਂ ਬਾਅਦ ਇਹਨੂੰ ਬਹੁਤ ਮਹਿੰਗਾ ਪਊਗਾ। ਮੈਂ ਸਮਝਦਾ ਅੰਦਰੋਂ ਅੰਦਰੀ ਘਬਰਾਹਟ 'ਚ ਨੇ, ਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਐਡਾ ਵਧੀਆ ਬਜਟ ਆਏਗਾ, ਕਿਉਂਕਿ ਮੇਨ 2 ਗੱਲਾਂ 'ਤੇ ਥਰਾਈਵ ਕਰਦੀ ਸੀ ਆਮ ਆਦਮੀ ਪਾਰਟੀ, ਉਹ ਇਹ ਸੀ, ਇੱਕ ਤਾਂ ਇਹ ਅਨਇੰਪਲੋਇਮੈਂਟ ਦੀ ਗੱਲ ਕਰਦੀ ਸੀ। ਸੋ ਮੈਂ ਸਮਝਦਾ ਇਹ ਤਾਂ ਸਿਰਫ ਹੁਣ ਡਰਾਮੇਬਾਜ਼ੀ ਰਹਿ ਗਈ ਹੈ ਇਹਨਾਂ ਕੋਲ, ਵਿਚਾਰਾਂ ਕੋਲ ਜਿਹੜੇ ਲੋਲੀਪੋਪ ਚੱਕੀ ਫਿਰਦੇ ਆਪ ਹੀ ਚੂਸ ਚਾਸ ਕੇ ਮੁੜ ਜਾਣਗੇ। ਹੱਥਾਂ 'ਚ ਲੋਲੀਪੋਪ ਫੜੀ ਖੜ੍ਹੇ ਇਹ ਕੋਈ ਬੱਚੇ ਨਹੀਂ, ਸਗੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਜਿਨ੍ਹਾਂ ਨੇ ਪੰਜਾਬ ਸਰਕਾਰ ਦੁਆਰਾ ਬਜਟ ਪੇਸ਼ ਕਰਨ ਤੋਂ ਬਾਅਦ ਅੱਜ ਆਪਣੇ ਹੱਥਾਂ ਵਿੱਚ ਲੋਲੀਪੋਪ ਫੜ ਕੇ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਹੈ। ਇਸ ਬਾਰੇ ਬੋਲਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਵਾਅਦੇ ਕਰਕੇ ਉਹਨਾਂ ਦੇ ਹੱਥ ਵਿੱਚ ਲੋਲੀਪੋਪ ਦਿੱਤੇ ਨੇ। ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਨੇ, ਨੌਕਰੀ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਹੁਣ ਕਹਿੰਦੇ ਰਿਕਸ਼ੇ ਈ ਰਿਕਸ਼ਾ ਚਲਾ ਲਓ। ਮਤਲਬ ਪੜ੍ਹੇ ਲਿਖੇ ਲੋਕ, ਟੈਟ ਪਾਸ ਲੋਕ, ਡਿਗਰੀਆਂ ਕੀਤੀਆਂ, ਪੀਜੀ ਕੀਤੀ, ਸਾਰੀ ਉਮਰ ਉਹਨਾਂ ਨੇ ਲਾਤੀ ਆਪਦੀ, ਜਿਹੜਾ ਕੋਈ ਪੱਲੇ ਮਾਂ ਬਾਪ ਦੇ ਸੀ ਸਾਰਾ ਉਹ ਖਰਚ ਫੀਸਾਂ 'ਚ ਲਾਤਾ, ਅਤੇ ਕਹਿੰਦੇ ਵੀ ਆਪਣਾ ਰਿਕਸ਼ਾ ਚਲਾ ਲਓ। ਇਹ ਲੋਲੀਪੋਪ ਹੀ ਆ ਨਾ ਜੀ, ਹੋਰ ਕੀ ਆ? ਇਹ ਮਜ਼ਾਕ ਹੀ ਆ ਨਾ ਲੋਕਾਂ ਨਾਲ। ਤੁਸੀਂ ਦੇਖੋ, ਕਾਲਜਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ, ਸੈਂਟਰ ਨੇ ਪੈਸਾ ਭੇਜਤਾ, ਇਹਨਾਂ ਨੇ ਖੁਰਦਪੁਰਦ ਕਰਤਾ, ਪੈਸੇ ਨਹੀਂ ਦਿੱਤੇ ਸਕਾਲਰਸ਼ਿਪ, ਕਾਲਜ ਬੰਦ ਹੋਣ 'ਤੇ ਆਏ ਪਏ ਆ, ਨਾ ਉਹ ਬੱਚਿਆਂ ਤੋਂ ਫੀਸਾਂ ਮੰਗਦੇ, ਬੱਚਿਆਂ ਨੂੰ ਰੋਲ ਨੰਬਰ ਨਹੀਂ ਦਿੰਦੇ, ਰੋਜ਼ ਤੰਗ ਕਰਦੇ ਬੱਚਿਆਂ ਨੂੰ, ਕਿਸਾਨਾਂ ਨਾਲ ਧੋਖਾ ਆਇਆ, ਮਜ਼ਦੂਰਾਂ ਨੂੰ ਕਹਿੰਦੇ ਕਰਜ਼ੇ ਮਾਫ਼ ਕਰਾਂਗੇ, ਕਿਸੇ ਦਾ ਕਰਜ਼ਾ ਮਾਫ਼ ਨਹੀਂ ਕੀਤਾ, ਜਿਹੜੇ ਆਪਦੇ 2-4 ਹੈਗੇ ਘਰਾਂ ਘਰਾਂ 'ਚ ਕੰਮ ਕਰਦੇ ਉਹਨਾਂ ਨੇ ਕਰ ਕੁਰ ਦਿੱਤੇ ਇਹਨਾਂ ਨੇ। ਤੁਸੀਂ ਨੌਕਰੀਆਂ ਦੇਖੋ, ਸਰਕਾਰੀ ਵਕੀਲ ਰੱਖੇ ਇਹਨਾਂ ਨੇ, ਤਨਖਾਹ ਕਿੰਨੀ? 9000, ਇਹ ਕੋਈ ਨੌਕਰੀ ਹੈ? ਸਰਕਾਰੀ ਵਕੀਲ ਦੀ ਤਨਖਾਹ 9000 ਹੋਵੇ, ਨੌਕਰੀ ਹੈ? ਪਹਿਲਾਂ ਦੱਸੋ, ਉਹ ਕਰਪਸ਼ਨ ਹੀ ਕਰੇਗਾ, ਹੋਰ ਕੀ ਕਰੇਗਾ? ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਤੁਸੀਂ ਤਨਖਾਹ ਦਾ ਦੇ ਦਿਓ ਪੱਕਾ ਜਦੋਂ ਕਰਨਾ ਕਰ ਦਿਓ। ਸੋ ਇਹ ਠੱਗੀ ਮਾਰ ਰਹੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ ਪੰਜਾਬ ਸਰਕਾਰ। ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਨੇ ਲੋਕਾਂ ਦੇ ਹੱਥਾਂ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਹੀ ਲੋਲੀਪੋਪ ਫੜਾ ਦਿੱਤੇ ਸਨ। ਉਹਨਾਂ ਨੇ ਲੋਕਾਂ ਨਾਲ ਸਰਕਾਰ ਬਣਨ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਜੋ ਕਿ ਹੁਣ ਤੱਕ ਪੂਰੇ ਨਹੀਂ ਕੀਤੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਲੋਲੀਪੋਪ ਦੀ ਫੈਕਟਰੀ ਕੈਪਟਨ ਅਤੇ ਮਨਪ੍ਰੀਤ ਬਾਦਲ ਦੀ ਹੈ। ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਲੀਪੋਪ 3 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਤੇ ਸੀਗੇ, ਅਤੇ ਉਹੀ ਦੁਬਾਰਾ ਹੁਣ ਮਨਪ੍ਰੀਤ ਜੀ ਨੇ ਆਪਦੇ ਬਜਟ ਦੇ ਵਿੱਚ ਕਰ ਦਿੱਤੇ। ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਨਾਂ 'ਤੇ ਲੋਲੀਪੋਪ, ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਨਾਂ ਦੇ ਉੱਪਰ ਲੋਲੀਪੋਪ, ਨੌਜਵਾਨਾਂ ਨੂੰ ਸਮਾਰਟਫੋਨ ਦੇ ਉੱਪਰ ਲੋਲੀਪੋਪ, ਜਿਹੜੇ ਜਿਹਨਾਂ ਲੜਕੀਆਂ ਦੇ ਵਿਆਹ ਹੁੰਦੇ ਨੇ 51,000 ਸ਼ਗਨ ਸਕੀਮ ਦੀ ਗੱਲ ਕਰ ਲਈਏ, ਸੋ ਹਰੇਕ ਤਰ੍ਹਾਂ ਦਾ ਲੋਲੀਪੋਪ ਹੈ ਜਿਹੜਾ ਉਹ ਖੁੱਲ੍ਹੇ ਗੱਫੇ ਕੈਪਟਨ ਸਾਹਿਬ ਨੇ ਅਤੇ ਮਨਪ੍ਰੀਤ ਜੀ ਨੇ ਵਰਤਾਏ ਨੇ ਪਰਸੋਂ ਬਜਟ ਦੇ ਵਿੱਚ।
ਉਹ ਜਦੋਂ ਇਕੱਲਾ ਇਕੱਲਾ ਅਸੀਂ ਬਜਟ ਦੀ ਲਾਈਨ ਪੜ੍ਹ ਲਈ ਅਤੇ ਉਸ ਤੋਂ ਮਗਰੋਂ ਮਹਿਸੂਸ ਹੋਇਆ ਕਿ ਇਹਦੇ 'ਚ ਤਾਂ ਧੋਖੇ ਤੋਂ ਫਰੇਬ ਤੋਂ ਬਿਨਾਂ ਹੈ ਹੀ ਕੁਛ ਨਹੀਂ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹ ਲੋਲੀਪੋਪ ਨੇ ਜਿਹੜੇ ਜਿਹਦੇ ਉੱਪਰ ਕੈਪਟਨ ਸਾਹਿਬ ਅਤੇ ਮਨਪ੍ਰੀਤ ਦੀ ਫੋਟੋ ਵੀ ਲਾ ਕੇ ਭੇਜੀ ਹੈ ਪੰਜਾਬ ਦੇ ਲੋਕਾਂ ਨੇ। ਸਪੈਸ਼ਲ ਕਿਹੜੀ ਫੈਕਟਰੀ 'ਚ ਤਿਆਰ ਕਰਿਆ? ਇਹ ਮਨਪ੍ਰੀਤ ਔਰ ਕੈਪਟਨ ਦੀ ਸਾਂਝੀ ਫੈਕਟਰੀ ਲੱਗੀ ਹੋਈ ਹੈ ਜੀ। 3 ਸਾਲ ਪਹਿਲਾਂ ਲੱਗੀ ਸੀਗੀ, ਬਦਕਿਸਮਤੀ ਦੇ ਨਾਲ 2 ਸਾਲ ਹੋਰ ਚੱਲਣੀ ਹੈ ਅਤੇ ਉਸ ਤੋਂ ਮੁੜ ਕੇ ਪੱਕੇ ਤਾਲੇ ਨੇ ਜਿਹੜੇ ਉਹ ਇਸ ਫੈਕਟਰੀ ਦੇ ਉੱਪਰ ਲੱਗ ਜਾਣਗੇ। ਸੋ ਇਹ ਉਹਨਾਂ ਦੀ ਫੈਕਟਰੀ ਤੋਂ ਲੋਲੀਪੋਪ ਸਾਰਿਆਂ ਨੂੰ ਅਸੀਂ ਫੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕੁਛ ਕੁ ਤਾਂ ਅੰਦਰੋਂ ਅੰਦਰੀ ਕਹਿ ਵੀ ਰਹੇ ਵੀ ਮੀਡੀਆ ਦੇ ਸਾਹਮਣੇ ਨਾ ਫੜਾਓ ਪਰ ਬਾਅਦ 'ਚ ਦੇ ਦਿਓ, ਕਿਉਂਕਿ ਉਹਨਾਂ ਨੇ ਵੀ ਮੰਨਦੇ ਤਾਂ ਹੈਗੇ ਵੀ ਉਹਨਾਂ ਨੇ ਲੋਲੀਪੋਪ ਦਿੱਤੇ ਨੇ। ਸੋ ਇਸ ਕਰਕੇ ਇਹ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ, ਇਹ ਆਉਣ ਵਾਲੇ 2 ਸਾਲਾਂ ਬਾਅਦ ਇਹਨੂੰ ਬਹੁਤ ਮਹਿੰਗਾ ਪਊਗਾ ਕਿ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਲੋਲੀਪੋਪ ਦੇਣੇ ਆਉਂਦੇ ਜੋ ਪੰਜਾਬ ਦੇ ਲੋਕ ਸਮਝ ਜਾਣ ਅਤੇ ਮੁੜ ਕੇ ਇਹਨਾਂ ਨੂੰ ਵਾਪਸ ਇਹਨਾਂ ਦੀ ਭਾਸ਼ਾ ਦੇ ਵਿੱਚ ਹੀ ਸਮਝਾਉਣਾ, ਉਹ ਇਹਨਾਂ ਨੂੰ ਸਮਝ ਨਹੀਂ ਆਉਂਦਾ ਗਾ, ਇਸ ਕਰਕੇ ਨਹੀਂ ਫੜੇ ਹੈਗੇ। ਇਸ ਬਾਰੇ ਬੋਲਦਿਆਂ ਕਾਂਗਰਸ ਪਾਰਟੀ ਦੇ ਵਿਧਾਇਕ ਕੀਕੀ ਢਿੱਲੋਂ ਦਾ ਕਹਿਣਾ ਹੈ ਕਿ ਸਰਕਾਰ ਨੇ ਬਹੁਤ ਹੀ ਵਧੀਆ ਬਜਟ ਪੇਸ਼ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਬਜਟ ਹਜ਼ਮ ਨਹੀਂ ਹੋ ਰਿਹਾ ਅਤੇ ਉਹਨਾਂ ਲੋਲੀਪੋਪਾਂ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆਪ ਹੀ ਚੂਸ ਕੇ ਇਹਨਾਂ ਨੂੰ ਵਾਪਸ ਚਲੇ ਜਾਣਗੇ। ਮੈਂ ਸਮਝਦਾ ਅੰਦਰੋਂ ਅੰਦਰ ਘਬਰਾਹਟ 'ਚ ਨੇ ਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਐਡਾ ਵਧੀਆ ਬਜਟ ਆਏਗਾ, ਕਿਉਂਕਿ ਮੇਨ 2 ਗੱਲਾਂ 'ਤੇ ਥਰਾਈਵ ਕਰਦੀ ਸੀ ਆਮ ਆਦਮੀ ਪਾਰਟੀ। ਉਹ ਇਹ ਸੀ, ਇੱਕ ਤਾਂ ਇਹ ਅਨਇੰਪਲੋਇਮੈਂਟ ਦੀ ਗੱਲ ਕਰਦੀ ਸੀ ਨੌਕਰੀਆਂ ਬਾਰੇ, ਇਸ ਬਜਟ ਵਿੱਚ ਉਹਦਾ ਵੀ ਪੂਰਾ ਧਿਆਨ ਰੱਖਿਆ ਗਿਆ। ਸੈਕਿੰਡ ਜਿਹੜੀ ਇਹ ਆਮ ਆਦਮੀ ਪਾਰਟੀ ਜਿਹੜੀ ਗੱਲ ਕਰਦੀ ਸੀਗੀ ਉਹ ਇਹ ਮੁਲਾਜ਼ਮਾਂ ਦੀ ਗੱਲ ਕਰਦੀ ਸੀ ਅਤੇ ਉਹਨਾਂ ਦੇ ਵੀ ਪੇ ਕਮਿਸ਼ਨ ਦਾ ਅਤੇ ਉਹਨਾਂ ਦੇ ਡੀਏ ਦਾ ਵੀ ਧਿਆਨ ਰੱਖਿਆ ਗਿਆ। ਸੋ ਮੈਂ ਸਮਝਦਾ ਇਹ ਤਾਂ ਸਿਰਫ ਹੁਣ ਡਰਾਮੇਬਾਜ਼ੀ ਰਹਿ ਗਈ ਹੈ ਇਹਨਾਂ ਕੋਲ, ਵਿਚਾਰਿਆਂ ਕੋਲ ਜਿਹੜੇ ਲੋਲੀਪੋਪ ਚੱਕੀ ਫਿਰਦੇ ਆਪ ਹੀ ਚੂਸ ਚਾਸ ਕੇ ਮੁੜ ਜਾਣਗੇ। ਵਿਧਾਨ ਸਭਾ ਵਿੱਚ ਇਸ ਤਰ੍ਹਾਂ ਵਿਰੋਧੀ ਧਿਰ ਵੱਲੋਂ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰਨ ਤੋਂ ਬਾਅਦ ਕਾਂਗਰਸ ਸਰਕਾਰ ਲੋਕਾਂ ਬਾਰੇ ਆਉਣ ਵਾਲੇ 2 ਸਾਲਾਂ 'ਚ ਕੁਝ ਸੋਚੇਗੀ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ। ਬਿਲਕੁਲ, ਪੰਜਾਬ ਦੇ ਲੋਕਾਂ ਦਾ ਧੋਖਾ ਕੀਤਾ ਨੇ, ਨੌਕਰੀ ਕਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਹੁਣ ਕਹਿੰਦੇ ਈ ਰਿਕਸ਼ਾ ਚਲਾ ਲਓ। ਮਤਲਬ ਪੜ੍ਹੇ ਲਿਖੇ ਲੋਕ, ਟੈਟ ਪਾਸ ਲੋਕ, ਡਿਗਰੀਆਂ ਕੀਤੀਆਂ, PG ਕੀਤੀ, ਸਾਰੀ ਉਮਰ ਉਹਨਾਂ ਨੇ ਲਾ ਤੀ ਆਪਦੀ, ਜਿਹੜਾ ਕੋਈ ਪੱਲੇ ਮਾਂ ਬਾਪ ਦੇ ਸੀ ਸਾਰਾ ਉਹ ਖਰਚ ਫੀਸਾਂ 'ਚ ਲਾ ਤਾ ਅਤੇ ਕਹਿੰਦੇ ਵੀ ਆਪਣਾ ਰਿਕਸ਼ਾ ਚਲਾ ਲਓ। ਇਹ ਲੋਲੀਪੋਪ ਹੀ ਆ ਨਾ ਜੀ, ਹੋਰ ਕੀ ਆ? ਇਹ ਮਜ਼ਾਕ ਹੀ ਆ ਨਾ ਲੋਕਾਂ ਨਾਲ। ਤੁਸੀਂ ਦੇਖੋ, ਕਾਲਜਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ, ਸੈਂਟਰ ਨੇ ਪੈਸਾ ਭੇਜਤਾ, ਇਹਨਾਂ ਨੇ ਖੁਰਦਪੁਰਦ ਕਰਤਾ। ਤੁਸੀਂ ਨੌਕਰੀਆਂ ਦੇਖੋ, ਸਰਕਾਰੀ ਵਕੀਲ ਰੱਖੇ ਇਹਨਾਂ ਨੇ, ਤਨਖਾਹ ਕਿੰਨੀ? 9000, ਇਹ ਕੋਈ ਨੌਕਰੀ ਆ? ਸਰਕਾਰੀ ਵਕੀਲ ਦੀ ਤਨਖਾਹ 9000 ਹੋਵੇ, ਨੌਕਰੀ ਆ ਪਹਿਲਾਂ ਦੱਸੋ, ਉਹ ਕਰਪਸ਼ਨ ਹੀ ਕਰੇਗਾ, ਹੋਰ ਕੀ ਕਰੇਗਾ? ਸੋ ਇਹ ਠੱਗੀ ਮਾਰ ਰਹੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਪੰਜਾਬ ਸਰਕਾਰ। ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਲੋਲੀਪੋਪ 3 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਤੇ ਸੀਗੇ ਅਤੇ ਉਹੀ ਦੁਬਾਰਾ ਹੁਣ ਮਨਪ੍ਰੀਤ ਜੀ ਨੇ ਆਪਦੇ ਬਜਟ ਦੇ ਵਿੱਚ ਕਰ ਦਿੱਤੇ। ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਨਾਂ 'ਤੇ ਲੋਲੀਪੋਪ, ਕਿਸਾਨਾਂ ਨੂੰ ਕਰਜ਼ਾ ਮਾਫੀ ਦੇ ਨਾਂ ਦੇ ਉੱਪਰ ਲੋਲੀਪੋਪ, ਨੌਜਵਾਨਾਂ ਨੂੰ ਸਮਾਰਟਫੋਨ ਦੇ ਉੱਪਰ ਲੋਲੀਪੋਪ, ਜਿਹੜੇ ਜਿਹਨਾਂ ਲੜਕਿਆਂ ਦੇ ਵਿਆਹ ਹੁੰਦੇ ਨੇ 51,000 ਸ਼ਗਨ ਸਕੀਮ ਦੀ ਗੱਲ ਕਰ ਲਈਏ। ਸੋ ਹਰੇਕ ਤਰ੍ਹਾਂ ਦਾ ਲੋਲੀਪੋਪ ਹੈ ਜਿਹੜਾ ਉਹ ਖੁੱਲ੍ਹੇ ਗੱਫੇ ਕੈਪਟਨ ਸਾਹਿਬ ਨੇ ਅਤੇ ਮਨਪ੍ਰੀਤ ਜੀ ਨੇ ਵਰਤਾਏ ਨੇ ਪਰਸੋਂ ਬਜਟ ਦੇ ਵਿੱਚ। ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹ ਲੋਲੀਪੋਪ ਨੇ ਜਿਹੜੇ ਜਿਹਦੇ ਉੱਪਰ ਕੈਪਟਨ ਸਾਹਿਬ ਅਤੇ ਮਨਪ੍ਰੀਤ ਦੀ ਫੋਟੋ ਵੀ ਲਾ ਕੇ ਭੇਜੀ ਹੈ ਪੰਜਾਬ ਦੇ ਲੋਕਾਂ ਨੇ। ਇਹ ਮਨਪ੍ਰੀਤ ਔਰ ਕੈਪਟਨ ਦੀ ਸਾਂਝੀ ਫੈਕਟਰੀ ਲੱਗੀ ਹੋਈ ਹੈ ਜੀ, 3 ਸਾਲ ਪਹਿਲਾਂ ਲੱਗੀ ਸੀਗੀ, ਬਦਕਿਸਮਤੀ ਦੇ ਨਾਲ 2 ਸਾਲ ਹੋਰ ਚੱਲਣੀ ਹੈ ਅਤੇ ਉਸ ਤੋਂ ਮੁੜ ਕੇ ਪੱਕੇ ਤਾਲੇ ਨੇ ਜਿਹੜੇ ਉਹ ਇਸ ਫੈਕਟਰੀ ਦੇ ਉੱਪਰ ਲੱਗ ਜਾਣਗੇ। ਸੋ ਇਹ ਉਹਨਾਂ ਦੀ ਫੈਕਟਰੀ ਤੋਂ ਲੋਲੀਪੋਪ, ਸਾਰਿਆਂ ਨੂੰ ਅਸੀਂ ਫੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕੁਛ ਕੁ ਤਾਂ ਅੰਦਰੋਂ ਅੰਦਰੀ ਕਹਿ ਵੀ ਰਹੇ ਵੀ ਮੀਡੀਆ ਦੇ ਸਾਹਮਣੇ ਨਾ ਫੜਾਓ ਪਰ ਬਾਅਦ 'ਚ ਦੇ ਦਿਓ, ਕਿਉਂਕਿ ਉਹਨਾਂ ਨੇ ਵੀ ਮੰਨਦੇ ਤਾਂ ਹੈਗੇ ਵੀ ਉਹਨਾਂ ਨੇ ਲੋਲੀਪੋਪ ਦਿੱਤੇ ਨੇ। ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ, ਇਹ ਆਉਣ ਵਾਲੇ 2 ਸਾਲਾਂ ਬਾਅਦ ਇਹਨੂੰ ਬਹੁਤ ਮਹਿੰਗਾ ਪਊਗਾ। ਮੈਂ ਸਮਝਦਾ ਅੰਦਰੋਂ ਅੰਦਰ ਘਬਰਾਹਟ 'ਚ ਨੇ ਕਿ ਉਹਨਾਂ ਨੂੰ ਇਹ ਆਸ ਨਹੀਂ ਸੀ ਕਿ ਐਡਾ ਵਧੀਆ ਬਜਟ ਆਏਗਾ, ਕਿਉਂਕਿ ਮੇਨ 2 ਗੱਲਾਂ 'ਤੇ ਥਰਾਈਵ ਕਰਦੀ ਸੀ ਆਮ ਆਦਮੀ ਪਾਰਟੀ। ਉਹ ਇਹ ਸੀ, ਇੱਕ ਤਾਂ ਇਹ ਅਨਇੰਪਲੋਇਮੈਂਟ ਦੀ ਗੱਲ ਕਰਦੀ ਸੀ। ਸੋ ਮੈਂ ਸਮਝਦਾ ਇਹ ਤਾਂ ਸਿਰਫ ਹੁਣ ਡਰਾਮੇਬਾਜ਼ੀ ਰਹਿ ਗਈ ਹੈ ਇਹਨਾਂ ਕੋਲ, ਵਿਚਾਰਿਆਂ ਕੋਲ ਜਿਹੜੇ ਲੋਲੀਪੋਪ ਚੱਕੀ ਫਿਰਦੇ ਆਪ ਹੀ ਚੂਸ ਚਾਸ ਕੇ ਮੁੜ ਜਾਣਗੇ। ਮਤਲਬ ਪੜ੍ਹੇ ਲਿਖੇ ਲੋਕ, ਟੈਟ ਪਾਸ ਲੋਕ, ਡਿਗਰੀਆਂ ਕੀਤੀਆਂ, PG ਕੀਤੀ, ਸਾਰੀ ਉਮਰ ਉਹਨਾਂ ਨੇ ਲਾ ਤੀ ਆਪਦੀ, ਜਿਹੜਾ ਕੋਈ ਪੱਲੇ ਮਾਂ ਬਾਪ ਦੇ ਸੀ ਸਾਰਾ ਉਹ ਖਰਚ ਫੀਸਾਂ 'ਚ ਲਾ ਤਾ ਅਤੇ ਕਹਿੰਦੇ ਵੀ ਆਪਣਾ
ਰਿਕਸ਼ਾ ਚਲਾ ਲਓ। ਇਹ ਲੋਲੀਪੋਪ ਹੀ ਹੈ ਨਾ ਜੀ, ਹੋਰ ਕੀ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।